ਇਹਦੀਆਂ ਚਾਰਾਂ ਦੀਆਂ ਚਾਰੇ ਵੀਡੀਓ ਰੈਡੀ ਨੇ, ਕੋਈ ਐ ਨੀ ਹੈਗਾ ਵੀ ਇੱਕ ਵੀਡੀਓ ਪਾ ਕੇ, ਚਾਰੇ ਵੀਡੀਓ ਰੈਡੀ ਹੈ ਡਾਰਲਿੰਗ, ਤੇ ਵੀਡੀਓ ਵੀ ਖੋਤੀ ਨੇ, ਸਵਾਦ ਹੋਣਾ ਪੂਰਾ। ਸੋ ਹੁਣ ਆਹ ਵੀਡੀਓ ਆ ਗਈ, ਹੁਣ ਤੁਸੀਂ ਦੱਸਿਓ ਵੀ ਅਗਲੀ ਵੀਡੀਓ ਕਦੋਂ ਪਾਈ, ਉਦੋਂ ਪਾ ਦੇਵਾਂਗੇ, ਫਿਰ ਉਹ ਤੋਂ ਅਗਲੀ ਵੀਡੀਓ, ਫਿਰ ਉਹ ਤੋਂ ਅਗਲੀ ਵੀਡੀਓ, ਵੀਡੀਓ ਆਪਾਂ ਛੱਡਣੀ ਸੀਕੁਐਂਸ 'ਚ ਆ, ਹੈ ਨਾ। ਆ ਸਿੰਘ ਪਤਾ ਨਹੀਂ ਕੀ ਕਰ ਰਿਹਾ ਇੱਧਰ, ਪਰ ਜੇ ਮੈਂ ਦੱਸਦਾ ਤਾਂ ਫਿਰ ਦੱਸ ਹੋ ਜਾਣਾ। ਮੈਂ ਤੇ ਔਨ ਟੌਪ ਰੀਮਿਕਸ, ਉਹ ਯਾਰ ਔਨ ਟੌਪ ਦਾ ਵੀ ਰੈਪ ਵਰਜਨ ਛੱਡਾਂਗੇ ਹੁਣ, ਮੈਂ ਕਿਹਾ ਚਲ ਈਪੀ ਛੱਡ ਦਿੰਦੇ ਹਾਂ ਪਿਆ ਹੀ ਆਪਣੇ ਕੋਲ, ਛੱਡਾਂਗੇ ਆਪਾਂ, ਕੋਈ ਚੱਕਰ ਨਹੀਂ, ਟੈਨਸ਼ਨ ਨਹੀਂ ਲੈਣੀ। ਯੈਸ ਬ੍ਰੋ, ਇਟ ਜਸਟ ਲਾਈਕ ਆਮ ਸਿੰਗਿੰਗ ਬਟ ਰੈਪਿੰਗ ਇਜ਼ ਮੋਰ ਲਾਈਕ ਰਾਈਮ ਸਕੀਮਸ, ਸਮਝਣਾ, ਲਾਈਕ ਵਰਡ ਪਲੇ, ਸਮਝਣਾ, ਲਾਈਕ ਤੂੰ ਕਰੀ ਮੈਨੂੰ ਹਾਏ ਲੇਟ ਪਰ ਹੁਣ ਮੈਨੂੰ ਕਰਨੀ ਤਾਂ ਬਾਏ ਇਜ਼ ਵਨ ਦੋਸ ਪਲੇਨ, ਤੇਰਾ ਵਾਇਲੇਟ ਮੇਰੀ ਜੈਕਟ ਤੇ ਬੈਠ ਸਭ ਪ੍ਰਾਈਵੇਟ, ਮੇਰੀ ਕਰ ਤੇ ਮੈਂ ਵਾਇਲੇਟ, ਮੈਨੂੰ ਸਮਝ ਨਹੀਂ ਆਉਂਦੀ ਇੰਨੀ ਵਾਏ ਹੇਟ, ਤੇਰਾ ਸੂਟ ਕੁਰੇ ਵਾਇਲੇਟ ਜਿਹਨੂੰ ਦੇਖੋ ਦੀ ਅੱਖ ਮੇਰੀ ਡਾਇਲੇਟ, ਯੂ ਨੋ ਚਾਇਸ ਸੈਸ਼ਨ ਲਾਈਕ ਦਿਸ ਦ ਵਾਇਲੇਟ ਵਾਇਲੇਟ, ਹੈ ਨਾ, ਤੈਨੂੰ ਪਤਾ ਹੀ ਹੈ ਫਿਰ ਘਰਾਲੇ ਵਾਲਾ ਸੰਦੀਪ ਵੀਰਾ ਵੀਰੇ ਰਜਾਈ 'ਚ ਸੁੱਤਾ ਮੈਂ ਹੈ। There was another bar in there, it was like it was here karan ji mein deliver bars mere kare lambo kar di deliver cars university Elon Musk mummy no da lagda ke I'm on Mars wala hi hai yaar I'm on Mars hi chalo yaar sahi hai maul vadhiya aa raha hai yaar arjan dhillon naal collab main nahi karni ਨਹੀਂ ਅੱਡੀਆਂ ਹੀ ਆ ਤਾਂ ਨੋ ਨੋ ਵੇ ਨੋ ਹੇਟ ਬਟ ਨੋ ਵੇ ਬਾਈ ਆਪਦਾ ਕੰਮ ਕਰ ਰਿਹਾ ਵਧੀਆ ਕਰ ਲੈਣ ਦੋ ਐਵੇਂ ਯਾਰ ਮੇਰਾ ਮੇਰੀ ਕਲੈਬ ਕਰਾ ਕੇ ਤੁਸੀਂ ਸੋਰੀ ਗਾਲ ਨਿਕਲ ਗਈ ਜੀ ਪੀਪਾ ਦਿਓ ਮੇਰੀ ਕਲੈਬ ਕਰਕੇ ਬਾਈ ਦਾ ਗਾਣਾ ਖਰਾਬ ਕਰ ਰਹਾ ਤੁਸੀਂ ਹੈਂ ਯਾਰ ਬਾਈ ਸਿੱਧੇ ਜਿਹੇ ਬੰਦੇ ਆ ਵੀਰੇ ਆਪਦੇ ਹੱਥ ਜੋੜੇ ਸਾਰੇ ਅੱਗੇ ਜਿੰਨੀ ਮਿਊਜ਼ਿਕ ਇੰਡਸਟਰੀ ਆ ਜਿੰਨੇ ਬੰਦੇ ਮੇਰੇ ਵੀਰ ਭਰਾ ਗਾਣੇ ਗਾਉਂਦੇ ਆ ਆਹ ਹੱਥ ਜੋੜਿਆ ਵੀਰੇ ਇਕੱਲੇ ਹੀ ਸਹੀ ਆ ਵੀਰੇ ਸਭ ਤੋਂ ਤਾਂ ਪੋਲੀਟਿਕਸਾਂ ਨਹੀਂ ਹੁੰਦੀਆਂ ਬਾਈ ਕਦੇ ਇੱਧਰ ਕਦੇ ਉੱਧਰ ਕਦੇ ਮੇਰੇ ਕੋਲ ਆ ਜਾਂਦੇ ਸੀ ਕੀ ਲਿਖ ਰਹੇ ਹੋ ਕਦੇ ਉੱਥੇ ਚਲੇ ਜਾਂਦੇ ਸੀ ਕੀ ਬਣਾ ਰਹੇ ਹੋ ਮੇਰਾ ਵੀਰਾ ਆਪਦੇ ਹੱਥ ਜੋੜਿਆ ਦੇ ਦੋ ਹੱਥ ਜੋੜੇ ਆ ਮੈਂ ਕਿਸੇ ਨਾਲ ਕਲੈਬ ਨਹੀਂ ਕਰਨੀ ਇੱਥੋਂ ਮੇਰਾ ਵੀਰਾ ਦੇ ਆਏ ਥੈਂਕ ਯੂ ਸੋ ਮੱਚ ਇੰਨੀ ਪੋਲੀਟਿਕਸ ਵਾਲੀ ਪੰਜਾਬ 'ਚ ਯਾਰ ਯਾਰ ਆਹ ਚੀਜ਼ਾਂ ਤੇ ਮੈਂ ਕਦੇ ਨਹੀਂ ਬੋਲਿਆ ਯਾਰ ਯਾਰ ਸਿੱਧੇ ਜਿਹੇ ਬੰਦੇ ਆ ਵੀਰੇ ਸਵੇਰੇ ਉੱਠ ਕੇ ਰੋਟੀ ਖਾਈਦੀ ਆ ਉਹ ਤੋਂ ਬਾਅਦ ਮਾੜਾ ਮੋਟਾ ਲਿਖ ਲੁਖ ਲਈਦਾ ਸੌਂ ਦੇਈਦਾ ਵਾਧੂ ਗੱਲਾਂ ਨਹੀਂ ਹੱਥੋਂ ਹੁੰਦੀਆਂ ਵੀਰੇ ਵੀ ਆਹ ਬੰਦੇ ਨੇ ਐਂ ਕਰਤਾ ਉਹ ਬੰਦੇ ਨੇ ਐਂ ਕਰਤਾ ਤੇ ਇਹ ਬੰਦੇ ਨੂੰ ਪੁੱਛੇ ਵੀ ਮੇਰੇ ਕੋਲ ਆ ਕੇ ਤੁਸੀਂ ਕੀ ਕੀ ਕਹਿੰਦੇ ਰਹੇ ਹੋ ਤੁਹਾਡੀਆਂ ਪੋਲਾਂ ਖੋਲਾਂ ਇੱਥੇ ਮੈਂ ਚੰਗਾ ਲੱਗਦਾ ਦੱਸੋ ਕੀ ਦੱਸਾਂ ਹੁਣ ਮੈਂ ਤੁਹਾਨੂੰ ਨਵਾਨ ਸੰਧੂ ਇਜ਼ ਵਨ ਮਾਈ ਫੇਵਰੇਟ ਆਰਟਿਸਟ ਬਾਈ ਨੂੰ ਕਦੇ ਮਿਲਿਆ ਨਹੀਂ ਮੈਂ ਪਰ ਇੱਕ ਦੋਰੀ ਗੱਲ ਹੋਈ ਆ ਵਧੀਆ ਲਿਖਦਾ ਬਾਈ ਜਿਹੜਾ ਬੰਦਾ ਲਿਖਦਾ ਵਧੀਆ ਲਿਖਦਾ ਯਾਰ ਆਪਾਂ ਨੂੰ ਕੋਈ ਚੱਕਰੇ ਨਹੀਂ ਬਾਈ ਪਰ ਹਾਂ ਯਾਰ ਅਸੀਂ ਸਹੀ ਹਾਂ ਵੀਰੇ ਇਹੀ ਗੱਲ ਹੀ ਕਲੈਬਾਂ ਆਪਾਂ ਨਾਲ ਹੀ ਵਧੀਆ ਹੀ ਕਰਨੀਆਂ ਹੁਣ ਉੱਪਰੀ ਸਮਝਦੇ ਹੋ ਬਾਕੀ ਹੋਰ ਕੋਈ ਕੁਐਸਚਨ ਹੋਵੇ ਮੇਰਾ ਵੀਰ ਗਲਾ ਦੁੱਖ ਰਿਹਾ ਯਾਰ ਥੋੜ੍ਹਾ ਥੋੜ੍ਹਾ ਕੋਈ ਦੱਸੋ ਤਾਂ ਕੋਈ ਇਲਾਜ ਮਲੱਠੀ ਸਹੀ ਗੱਲ ਆ ਨਾ ਚੱਪੀ ਜਾਵੇ ਸਹੀ ਗੱਲ ਉਦਾਂ ਖਾ ਕੇ ਦੇਖ ਮਲੱਠੀ ਕੁੜੀਏ ਸੁਰ ਵਿੱਚ ਹੋ ਜਾਏਗੀ ਐਵੇਂ ਨਹੀਂ ਆ ਉਸਤਾਦ ਮਾਨ ਸਾਹਿਬ ਨੇ ਯਾ ਚਿੰਗਮ ਤੇਰੇ ਦੰਦ ਗਾਲ ਦੂ ਸਾਰੇ ਕਹਿੰਦੇ ਮੈਨੂੰ ਮੋਟੀਵੇਟ ਯਾਰ ਮੇਰੀ ਜ਼ਿੰਦਗੀ ਉਹ ਯਾਰ ਐਵੇਂ ਕਮਾਨ ਸਮਾਨ ਲਾਈਫ ਦਸ਼ਾ ਬਿਨ ਥਰੂ ਜਿਹੜੀਆਂ ਚੀਜ਼ਾਂ ਮੈਂ ਲੰਘਿਆ ਜਾਂ ਜਿਹੜੀਆਂ ਚੀਜ਼ਾਂ ਮੈਨੂੰ ਦੇਖਣ ਨੂੰ ਮਿਲੀਆਂ ਉਹਨਾਂ ਨੇ ਮੋਟੀਵੇਟ ਕੀਤਾ ਤੇ ਜਿਹੜੀਆਂ ਚੀਜ਼ਾਂ ਮੈਨੂੰ ਮਿਊਜ਼ਿਕ ਬਣਾ ਕੇ ਮਿਲੀਆਂ ਮੰਨ ਲਓ ਜੀ ਗੱਡੀ ਗੁੱਡੀ ਲੈ ਲਈ ਆ ਕੱਪੜੇ ਲੈ ਲਏ ਇਹ ਚੀਜ਼ਾਂ ਵੀ ਆਪਾਂ ਫੁਕਰੂ ਨਹੀਂ ਪਾਉਂਦੇ ਪਾਈ ਹੋਈ ਇੱਕ ਦੂਸਰੇ ਮੋਟੀਵੇਟ ਕਰ ਰਹੀ ਆ ਜੇ VVS ਵੀ ਆ ਉਹ ਵੀ ਮੋਟੀਵੇਟ ਹੀ ਕਰ ਰਹੀ ਆ ਆ ਘੜੀ ਲੱਗੀ ਆ ਨਾ ਦੇਖ ਕੇ ਸਵਾਦ ਆਉਂਦਾ ਵੀ ਹਾਂ ਡਾਰਲਿੰਗ ਆਪਦੀ ਮਿਹਨਤ ਦੀ ਕਮਾਈ ਦੀ ਲਈ ਆ ਤਾਂ ਖਿੱਚ ਕੇ ਰੱਖ ਕੰਮ ਸਮਝਦਾ ਜਿਹੜਾ ਸ਼ੂ ਪਾਇਆ ਨਾ ਆਵੇ ਅਮੀਰੀ ਤਾਂ ਵੀ ਪਾ ਲੈਂਦੇ ਆ ਇਹ ਡਾਰਲਿੰਗ ਸਵਾਦ ਆਉਂਦਾ ਤਾਂ ਪਾਈ ਦੀ ਆ ਲੈਂਬੋ ਚੱਲਦੀ ਨਾ ਥੱਲੇ ਸਵਾਦ ਆਉਂਦਾ ਕੋਈ ਫੁਕਰੀ ਥੋੜੀ ਆ ਚਾਚਾ ਸਵਾਦ ਆਉਂਦਾ ਤਾਂ ਕਰੀਦਾ ਮੇਰਾ ਵੀਰ ਯਾਰ ਇਹੀ ਮੋਟੀਵੇਸ਼ਨ ਆ ਵੀਰੇ ਬਸ ਜ਼ਿੰਦਗੀ ਜਿਹੜੀ ਚੱਲ ਰਹੀ ਹੈ ਇਹੀ ਮੋਟੀਵੇਸ਼ਨ ਆ
ਸਾਹ ਕਿੰਨੇ ਗਿਣੇ ਨਹੀਂ ਕਦੇ, ਕਹਿੰਦਾ ਇੰਨਾ ਚੇਤੇ ਸਾਹ ਲੈਂਦੇ ਆ ਹਾਂ ਤੇ ਜਿਹਨੂੰ ਪਤਾ ਉਹਨੂੰ ਹੀ ਪਤਾ ਵੀਰ। ਕੱਲਾ ਬਹਿ ਕੇ ਸੁਣੀ ਕਥਾ ਸੰਤ ਮਸਕੀਨ ਦੀ, ਕਿ ਮੈਂ ਕਾਹਨੂੰ ਮੈਂ ਜ਼ਿਆਦਾ ਧਾਰਮਿਕ ਜਾਂ ਸਪਿਰਿਚੁਅਲ ਹੋਣਾ ਇੱਥੇ, ਤੁਸੀਂ ਰੂਲਸ ਆਪ ਬਹੁਤ ਆਫ ਸਿਆਣੇ। ਸੌਂਗ ਸੈਟ ਬਾਅਦ ਰਮ ਰਮ ਦੀ ਗਾਰਗਲਸ ਯਾ।